ਅੰਟੀਲੀਆ ਕੇਸ ਵਿੱਚ ਸਨਹਦਕਾਰ ਮੁਕੇਸ਼ ਅੰਬਾਨੀ ਦੇ ਘਰ ਦੇ ਬਾਹਰ ਮਿਲੀ ਤਮਾਕਾ ਕੇਸ ਮਗਰੀ ਨਾਲ ਪਰিকার ਦੇ ਮਾਲਕ ਅਤੇ ਠਾਣੇ ਦੇ ਕਾਰੋਬਾਰੀ ਮਨਸੁਖ ਹਰੇਂਦੀ ਦੀ ਲਾਸ਼ ਸ਼ੱਕੀ ਹਾਲਾਤਾਂ 'ਚ ਮਿਲਣ ਨਾਲ ਨਵਾਂ ਮਾਮਲਾ ਖੜਾ ਹੋ ਗਿਆ ਚਿਕੜ ਨਾਲ ਪਰੇ ਰੂਮਾਲ ਨਾਲ ਉਸ ਦਾ ਮੂੰਹ ਬੰਨਿਆ ਹੋਇਆ ਮਿਲਿਆ ਹੈ ਇਸ ਦੇ ਦਰਮਿਆਨ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਲ ਦੇਸ਼ਮੁਖ ਨੇ ਜਾਂਚ ਮੁੰਬਈ ਏਟੀਐਸ ਨੂੰ ਸੌਂਪ ਦਿੱਤੀ ਹੈ ਇਸ ਦੌਰਾਨ ਮਨਸੁਖ ਹਰੇਂ ਵੱਲੋਂ 2 ਮਾਰਚ ਨੂੰ ਮੁੱਖ ਮੰਤਰੀ ਉਦੋ ਠਾਕਰੇ ਗ੍ਰਹਿ ਮੰਤਰੀ ਅਨਲ ਦੇਸ਼ਮੁਖ ਅਤੇ ਮੁੰਬਈ ਪੁਲਿਸ ਕਮਿਸ਼ਨਰ ਨੂੰ ਲਿਖਿਆ ਪੱਤਰ ਸામਨੇ ਆਇਆ ਇਸ ਪੱਤਰ ਚ ਹਰੇ ਨੇ ਲਿਖਿਆ ਕਿ ਪੁਲਿਸ ਅਤੇ মিডিਆ ਵੱਲੋਂ ਉਸ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਉਸ ਕੋਲੋਂ ਇੱਕੋ ਸਵਾਲ ਨੂੰ ਵਾਰ-ਵਾਰ ਪੁੱਛ ਕੇ ਪਰੇਸ਼ਾਨ ਕੀਤਾ ਜਾ ਰਿਹਾ ਹੈ ਮਨੁੱਖ ਨੇ ਦੋਸ਼ ਲਾਇਆ ਕਿ ਉਹ ਇਸ ਕੇਸ ਵਿੱਚ ਪੀੜਿਤ ਹੈ ਪਰ ਉਸ ਨਾਲ ਮਲਜ਼ਮਾ ਬਰਗਸਲੂ ਕੀਤਾ ਜਾ ਰਿਹਾ ਹੈ ਇਸ ਪੱਤਰ ਦੇ ਸ਼ੁਰੂ ਚ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਣ ਪਛਾਣ ਤੇ ਉਸ ਵੱਲੋਂ ਕੀਤੇ ਜਾ ਰਹੇ ਕਾਰੋਬਾਰ ਬਾਰੇ ਵਿਸਥਾਰਪੂਰਵਕ ਜਾਣਕਾਰੀ ਲਿਖੀ ਗਈ ਸੀ ਮਨੁੱਖ ਨੇ ਆਪਣੇ ਪੱਤਰ ਵਿੱਚ ਇਹ ਵੀ ਲਿਖਿਆ ਕਿ 2018 ਵਿੱਚ ਉਸ ਨੇ ਆਪਣੀ ਵਰਤੋਂ ਲਿਕ ਸਕੋਰਪੀਓ ਗੱਡੀ ਖਰੀਦੀ ਸੀ ਜੋ ਬੀਤੇ ਮਹੀਨੇ ਦੀ 17 ਤਰੀਕ ਸ਼ਾਮ ਨੂੰ ਦੱਖਣੀ ਮੁੰਬਈ ਦੀ ਕਰਾਫੋਰਡ ਮਾਰਕੀਟ ਕੇਸੇ ਕੰਮ ਲਈ ਆਪਣੇ ਠਾਣੇ ਦੀ ਦੁਕਾਨ ਵਿੱਚ ਛੱਡ ਕੇ ਗਿਆ ਸੀ ਸਕੋਰਪੀਓ ਕਾਰ ਦਾ ਸਟੇering ਕਾਰ ਵਿਰੋਲੀ ਦੇ ਖੇਤਰ ਵਿੱਚ ਸਰਵਿਸ ਰੋਡ ਤੇ ਬੰਦ ਸੀ ਤੇ ਜਦੋਂ ਐਰੋਲੀ ਵਿਖੇ ਪੁਲ ਖਤਮ ਹੋ ਗਿਆ ਜਿਸ ਦੇ ਕਾਰਨ ਉਸ ਨੂੰ ਆਪਣੀ ਗੱਡੀ ਈਸਟਰਨ ਐਕਸਪ੍ਰੈਸ ਵੇ ਦੇ ਨਾਲ-ਨਾਲ ਖੜੀ ਕਰਕੇ ਗਿਆ ਸੀ ਤੇ ਓਲਾ ਤੋਂ ਮੁੰਬਈ ਵਾਪਸ ਚਲਾ ਗਿਆ ਸੀ ਅਗਲੇ ਦਿਨ 18 ਫਰਵਰੀ 2021 ਨੂੰ 12 ਵਜੇ ਦੇ ਕਰੀਬ ਉਹ ਆਪਣੀ ਕਾਰ ਲੈਣ ਲਈ ਟਰਨ ਐਕਸਪ੍ਰੈਸ ਵੇ ਤੇ ਪਹੁੰਚਿਆ ਤੇ ਉਸਨੇ ਦੇਖਿਆ ਤੇ ਉਸਦੀ ਕਾਰ ਉਥੇ ਨਹੀਂ ਸੀ ਥੋੜੀ ਦੇਰ ਦੀ ਪਾਲ ਕਰਨ ਤੋਂ ਬਾਅਦ ਉਸਨੇ ਬਿਕਰੋਲੀ ਥਾਣੇ ਜਾ ਕੇ ਕਾਰ ਚੋਰੀ ਦੀ ਐਫ ਆਈ ਆਰ ਦਰਜ ਕਰਵਾਈ 25 ਫਰਵਰੀ ਨੂੰ ਦੰਦੇ 11 ਵਜੇ ਐਂਟੀ ਟੈਰਰ स्क्वाड ਵਿੱਚ ਤਾਇਨਾਤ ਦੋ ਪੁਲਿਸ ਮੁਲਾਜ਼ਮ ਉਸ ਦੇ ਘਰ ਆਏ ਤੇ ਦੱਸਿਆ ਕਿ ਚੋਰੀ ਹੋਈ ਗੱਡੀ ਮੁਕੇਸ਼ ਅੰਬਾਨੀ ਦੇ ਘਰ ਤੋਂ ਬਾਹਰੋਂ ਬਰਾਮਦ ਕੀਤੀ ਗਈ ਸੀ ਕੁਝ ਪੁੱਛਗਿੱਛ ਤੋਂ ਬਾਅਦ ਉਹ ਉਥੋਂ ਚਲੇ ਗਏ ਅਗਲੇ ਦਿਨ ਫੇਰ 26 ਫਰਵਰੀ ਨੂੰ ਸ਼ਾਮ 4 ਵਜੇ ਚਾਰ ਪੁਲਿਸ ਮੁਲਾਜ਼ਮ ਉਸ ਦੇ ਘਰ ਗਏ ਅਤੇ ਮਨਸੁਖ ਆਪਣੇ ਨਾਲ ਵਿਕਰੋਲੀ ਥਾਣੇ ਲੈ ਕੇ ਪਹੁੰਚੇ ਅਤੇ ਉਸ ਨੂੰ ਸਵੇਰੇ 6 ਵਜੇ ਤੱਕ ਹਿਰਾਸਤ ਵਿੱਚ ਰੱਖਿਆ ਗਿਆ ਤੇ ਬਾਅਦ ਵਿੱਚ ਉਸ ਨੂੰ ਘਰ ਛੱਡ ਦਿੱਤਾ ਗਿਆ ਉਸ ਤੋਂ ਅਗਲੇ ਦਿਨ 27 ਫਰਵਰੀ ਨੂੰ ਸਵੇਰੇ 11 ਵਜੇ ਵਿਕਰੋਲੀ ਥਾਣੇ ਤੋਂ ਇੱਕ ਫੋਨ ਆਇਆ ਉਸੇ ਦਿਨੀ ਦੁਪਹਿਰ 3 ਵਜੇ ਕਾਰਕੋਪਰ ਥਾਣੇ ਤੋਂ ਇੱਕ ਹੋਰ ਫੋਨ ਆਇਆ ਇਸ ਤੋਂ ਬਾਅਦ 1 ਮਾਰਚ 2021 ਨੂੰ ਨਾਗਪੜਾ ਐਟੀਐਸਡੀ ਟੀਮ ਨੇ ਬੁਲਾਇਆ ਤੇ ਉਸੇ ਦਿਨ ਸਚਿਨ ਬਾਜਵਲੋਂ ਕ੍ਰਾਈਮ ਇੰਟੈਲੀਜੈਂਸ ਯੂਨਿਟ ਦੇ ਦਫ਼ਤਰ ਵਿੱਚ ਵੀ ਉਸ ਨੂੰ ਸੱਦਿਆ ਗਿਆ ਲਗਭਗ ਇੱਕੋ ਜਿਹੇ ਸਵਾਲ ਹਰ ਪਾਸੇ ਬਦਲ-ਬਦਲ ਕੇ ਪੁੱਛੇ ਗਏ ਸਨ ਵਕ-ਵਕ ਜਾਂਚ ਏਜੰਸੀਆਂ ਵੱਲੋਂ ਵਾਰ-ਵਾਰ ਪੁੱਛਗਿੱਛ ਕਰਨ ਕਾਰਨ ਉਹ ਪਰੇਸ਼ਾਨ ਹੋ ਗਿਆ ਉਸਨੇ ਲਿਖਿਆ ਕਿ ਮੈਂ ਇਸ ਕੇਸ ਵਿੱਚ ਪੀੜਤ ਹਾਂ ਪਰ ਮੇਰੇ ਨਾਲ ਹੀ ਕੁਲਜ਼ਮ ਵਰਗਾ ਸਲੂ ਕੀਤਾ ਜਾ ਰਿਹਾ ਹੈ ਬਹੁਤ ਸਾਰੇ ਮੀਡੀਆ ਦੇ ਲੋਕਾਂ ਵੱਲੋਂ ਵੀ ਬੇਲੋੜੇ ਸਵਾਲ ਪੁੱਛ ਕੇ ਉਸਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਹੈਰਾਨੀ ਦੀ ਗੱਲ ਹੈ ਕਿ ਗੱਡੀ ਉੱਥੇ ਕਿਵੇਂ ਪਹੁੰਚੀ ਉਹਨਾਂ ਦੱਸਿਆ ਕਿ ਮੈਂ ਸ਼ਾਂਤੀ ਪਸੰਦ ਵਿਅਕਤੀ ਹਾਂ ਤੇ ਮੇਰਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ ਤੇ ਹੁਣ ਕੇਸ ਦੀ ਜਾਂਚ ਮਹਾਰਾਸ਼ਟਰ ਦੇ ਐਂਟੀ ਟੈਰਰ ਸquad ਯਾਨੀ ATS ਵੱਲੋਂ ਨਤੀਜਾ ਪੇਗੀ ਇਸ ਤੋਂ ਪਹਿਲਾਂ ਮਨਸੂਖ ਰੇਂਦੀ ਦੀ ਮੌਤ ਦੀ ਜਾਂਚ ਸਿਰਫ ਮਹਾਰਾਸ਼ਟਰ ਐਟੀਐਸ ਨੂੰ ਸੌਂਪੀ ਗਈ ਸੀ